ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਜੱਗਾ ਸਿੰਘ ਆਦਮਕੇ ਅੱਜ ਆਪਾਂ ਇੱਕ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਕਿ ਕਿਵੇਂ ਆਪਾਂ ਆਪਣੇ ਘਰੇ ਹੀ ਆਪਣੇ ਮੋਬਾਈਲ ਤੇ ਆਪਣੀ ਜਾਂ ਆਪਣੇ ਕਿਸੇ ਦੀ ਨਜ਼ਦੀਕੀ ਦੀ ਜ਼ਮੀਨ ਸੰਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਤੇ ਫਰਦ ਡਾਊਨਲੋਡ ਕਰ ਸਕਦੇ ਹਾਂ ਤਾਂ ਉਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਦੇ Google Chrome ਦੇ ਵਿੱਚ ਜਾਵਾਂਗੇ ਤੇ ਅਸੀਂ PLRS ਜੋ ਟਾਈਪ ਕਰਾਂਗੇ ਤੇ ਉਸ ਨੂੰ ਸਰਚ ਕਰਾਂਗੇ ਉਸ ਨੂੰ ਸਰਚ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਖੁੱਲੇਗਾ ਜਿਹਦੇ ਸਭ ਤੋਂ ਪਹਿਲਾਂ ਲਿੰਕ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਹੋਵੇਗਾ ਉਸ ਨੂੰ ਅਸੀਂ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਖੁੱਲੇਗਾ ਜਿਹਦੇ ਚ ਹਰੇ ਰੰਗ ਦੇ ਵਿਚਕਾਰ ਫਰਦ ਲਿਖਿਆ ਹੋਵੇਗਾ ਤਾਂ ਉਸ ਨੂੰ ਅਸੀਂ ਕਲਿੱਕ ਕਰਾਂਗੇ ਉਸ ਨੂੰ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਖੁੱਲ ਜਾਵੇਗਾ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜੇ ਜ਼ਿਲ੍ਹੇ ਦੀ ਜੋ ਜ਼ਮੀਨ ਹੈ ਉਹ ਲੱਭਣੀ ਚਾਹੁੰਦੇ ਆ ਉਸ ਨੂੰ ਜਿਹੜਾ ਹੈਗਾ ਉਹ ਇੱਥੇ ਭਰਾਂਗੇ ਤਾਂ ਇਸ ਤਰ੍ਹਾਂ ਟੱਚ ਕਰਨ ਤੇ ਪੰਜਾਬ ਦੇ ਜਿੰਨੇ ਜ਼ਿਲ੍ਹੇ ਨਾ ਉਹ ਸਾਰੇ ਖੁੱਲ ਜਾਣਗੇ ਤਾਂ ਜਿਹੜੇ ਜ਼ਿਲ੍ਹੇ ਦੀ ਅਸੀਂ ਜ਼ਮੀਨ ਵੇਖਣੀ ਚਾਹੁੰਦੇ ਆ ਸਭ ਤੋਂ ਪਹਿਲਾਂ ਉਹ ਭਰਾਂਗੇ ਉਦਾਹਰਨ ਵਜੋਂ ਮੈਂ ਆਪਣਾ ਜ਼ਿਲ੍ਹਾ ਮਾਨਸਾ ਇੱਥੇ ਭਰਿਆ ਮਾਨਸਾ ਤੋਂ ਬਾਅਦ ਇਸ ਤਰ੍ਹਾਂ ਜਿਹੜੀ ਤਹਿਸੀਲ ਹੈ ਤਹਿਸੀਲ ਜਿਹੜੀ ਵੀ ਅਸੀਂ ਜ਼ਮੀਨ ਲੱਭਣਾ ਚਾਹੁੰਦੇ ਆ ਉਹ ਉਸ ਤਰ੍ਹਾਂ ਦੀ ਸੂਚੀ ਉਹਨਾਂ ਦੀ ਆਵੇਗੀ ਤਾਂ ਉਹਦੇ ਵਿੱਚੋਂ ਇਸ ਸੂਚੀ ਦੇ ਵਿੱਚੋਂ ਅਸੀਂ ਜਿਹੜੀ ਤਹਿਸੀਲ ਦੀ ਜ਼ਮੀਨ ਲੱਭਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਮੈਂ ਆਪਣੀ ਤਹਿਸੀਲ ਸਰਦੂਲਵੜ ਦੀ ਜਿਹੜੀ ਹੈਗੀ ਹੈ ਉਹਦੇ ਚੋਂ ਜ਼ਮੀਨ ਆ ਜਿਹੜੀ ਦੇਖਣੀ ਚਾਹੁੰਨਾ ਤਾਂ ਉਸ ਤੋਂ ਬਾਅਦ ਅੱਗੇ ਪਿੰਡ ਤਹਿਸੀਲ ਦੇ ਵਿੱਚ ਜਿੰਨੇ ਪਿੰਡ ਹੋਣਗੇ ਉਹਨਾਂ ਦੀ ਸੂਚੀ ਜਦੋਂ ਅਸੀਂ ਇਸ ਤਰ੍ਹਾਂ ਪਿੰਡ ਵਾਲੀ ਜਿਹੜਾ ਇਸ ਤਰ੍ਹਾਂ ਉਹਨੂੰ ਟੱਚ ਕਰਾਂਗੇ ਤਾਂ ਪਿੰਡਾਂ ਦੀ ਸੂਚੀ ਹੋਵੇਗੀ ਸਾਰੇ ਪਿੰਡਾਂ ਦੀ ਜਿਹੜੀ ਇਸ ਤਹਿਸੀਲ ਦੇ ਵਿੱਚ ਪੈਂਦੇ ਨੇ ਤਾਂ ਮੇਰਾ ਪਿੰਡ ਜਿਸ ਤਰ੍ਹਾਂ ਉਦਾਹਰਨ ਵਜੋਂ ਸਭ ਤੋਂ ਪਹਿਲੇ ਹੀ ਆਦਮ ਕੇ ਹੈ ਮੈਂ ਉਸ ਨੂੰ ਕਲਿੱਕ ਕਰਾਂਗਾ ਉਸ ਨੂੰ ਟੱਚ ਕਰਾਂਗਾ ਉਸ ਤੋਂ ਬਾਅਦ ਸਾਲ ਸਾਲ ਇੱਕੋ ਹੀ ਹੋਵੇਗਾ 2021 ਤਾਂ ਉਸ ਨੂੰ ਅਸੀਂ ਟੱਚ ਕਰਾਂਗੇ ਤਾਂ ਉਸ ਤੋਂ ਬਾਅਦ ਖੇਤਰ ਬਦਲੋ ਇਸ ਤਰ੍ਹਾਂ ਉਹਨੂੰ ਇਹ ਟੱਚ ਕਰਿਆ ਤਾਂ ਇਹਦੇ ਜਿਹੜੇ ਤਾਂਹਾਂ ਤਿੰਨ ਖੱਬੇ ਹੱਥ ਲੈਣਾ ਨਾ ਉਹਨਾਂ ਨੂੰ ਜਦੋਂ ਅਸੀਂ ਟੱਚ ਕਰਾਂਗੇ ਤਾਂ ਉੱਥੇ ਵੀ ਆਪਸ਼ਨ ਆ ਜਿਹੜੀਆਂ ਲਿੰਕ ਉਹ ਖੁੱਲਣਗੇ ਵੀ ਅਸੀਂ ਕੀ ਦੇਖਣਾ ਚਾਹੁੰਦੇ ਹਾਂ ਕਿਸ ਆਧਾਰ ਤੇ ਜਿਹੜੀ ਫਰਦ ਲੱਭਣਾ ਚਾਹੁੰਦੇ ਹਾਂ ਪਰੰਤੂ ਇੱਥੇ ਇਸ ਤਰ੍ਹਾਂ ਜਮ੍ਹਾਂਬੰਦੀ ਇੰਤਕਾਲ ਰੋਜ਼ਨਾਮਾ ਚ ਤੇ ਰਜਿਸਟਰੀ ਤੋਂ ਬਾਅਦ ਇੰਤਕਾਲ ਦੀ ਸਥਿਤੀ ਇਹ ਹੈਗੇ ਨਾ ਅਸੀਂ ਸਭ ਤੋਂ ਪਹਿਲਾਂ ਜਮ੍ਹਾਂਬੰਦੀ ਨੂੰ ਕਲਿੱਕ ਕਰਾਂਗੇ ਜਮ੍ਹਾਂ ਬੰਦੀ ਨੂੰ ਕਲਿੱਕ ਕਰਨ ਤੋਂ ਬਾਅਦ ਫਰਦ ਨੂੰ ਦੇਖਣ ਲਈ ਜਮ੍ਹਾਂ ਬੰਦੀ ਨਕਲ ਦੀ ਕਿਸਮ ਚੁਣੋ ਤਾਂ ਕਿਸ ਦੇ ਆਧਾਰ ਤੇ ਅਸੀਂ ਜਿਹੜੀ ਫਰਦ ਨੂੰ ਵੇਖਣਾ ਹੈਗਾ ਤਾਂ ਫਰਦ ਲੱਭਣ ਲਈ ਜਮ੍ਹਾਂ ਬੰਦੀ ਦੀ ਨਕਲ ਹੈ ਜਿਹੜੀ ਉਹ ਕੱਢਣੀ ਹੈਗੀ ਤਾਂ ਉਹਦੇ ਲਈ ਮਾਲਕ ਦੇ ਨਾਮ ਤਾਬਕ ਖੇਵਟ ਨੰਬਰ ਮੁਤਾਬਕ ਖਸਰਾ ਨੰਬਰ ਮੁਤਾਬਕ ਖਤੌਨੀ ਨੰਬਰ ਮੁਤਾਬਕ ਤਾਂ ਉਦਾਹਰਨ ਵਜੋਂ ਅਸੀਂ ਜੇ ਮਾਲਕ ਦੇ ਨਾਮ ਤੇ ਜ਼ਮੀਨ ਲੱਭਣੀ ਚਾਹੁੰਦੇ ਆ ਤਾਂ ਇੱਥੇ ਮਾਲਕ ਦਾ ਨਾਮ ਭਰਾਂਗੇ ਪਤਾ 6 ਨੂੰ ਮੈਂ ਆਪਣੇ ਪਿਤਾ ਜੀ ਦਾ ਨਾਮ ਸਰਦਾਰ ਹਰਨੇਕ ਸਿੰਘ ਇੱਥੇ ਭਰਿਆ ਤਾਂ ਇੱਥੇ ਜਿਹੜਾ ਅਸੀਂ ਨਾਮ ਭਰਾਂਗੇ ਉਸ ਪਿੰਡ ਦੇ ਵਿੱਚ ਜਿੰਨੇ ਵੀ ਉਸ ਨਾਮ ਦੇ ਵਿਅਕਤੀ ਹੋਣਗੇ ਜਦੋਂ ਅਸੀਂ ਮਾਲਕ ਦੇ ਰਿਸ਼ਤੇ ਨੂੰ ਵੇਖੋ ਉਹਨੂੰ ਟੱਚ ਕਰਾਂਗੇ ਤਾਂ ਉਹਨਾਂ ਦੀ ਸੂਚੀ ਆ ਜਾਵੇਗੀ ਤਾਂ ਇੱਥੇ ਸਰਦਾਰ ਹਰਨੇਕ ਸਿੰਘ ਜਾਨੀ ਮੇਰੇ ਪਿਤਾ ਜੀ ਦੇ ਨਾਮ ਦਾ ਇੱਕੋ ਹੀ ਵਿਅਕਤੀ ਮੇਰੇ ਪਿੰਡ ਆਦਮ ਕੇ ਹੈ